ਫਾਜ਼ਿਲਕਾ ਦੇ ਬੋਰ ਰੋਡ ਤੇ ਬਣੇ ਸਿਟੀ ਗਾਰਡਨ ਪੈਲਸ ਦੇ ਵਿੱਚ ਫੋਟੋਗ੍ਰਾਫਰਾਂ ਦੀ ਮੀਟਿੰਗ ਹੋਈ ਸੰਪੰਨ ਕੀਤਾ ਸਮੱਸਿਆਵਾਂ ਤੇ ਵਿਚਾਰ ਫਾਜ਼ਿਲਕਾ ਦੇ ਵਿੱਚ ਅੱਜ ਸਿਟੀ ਗਾਰਡਨ ਪੈਲਸ ਦੇ ਅੰਦਰ ਫੋਟੋਗ੍ਰਾਫਰਾਂ ਨੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਜਿਸ ਦੇ ਵਿੱਚ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਆਗੂ ਨਵਨੀਤ ਸੇਠੀ ਅਤੇ ਅਸ਼ਵਨੀ ਮਿੱਡਾ ਨੇ ਦੱਸਿਆ ਕਿ ਉਹਨਾਂ ਨੂੰ ਕਾਫੀ ਸਮੱਸਿਆਵਾਂ ਆ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਕੋਵਿਡ-19 ਦੇ ਚਲਦੇ ਜਿੱਥੇ ਸਰਕਾਰ ਵੱਲੋਂ ਰਾਤ ਦਾ ਕਰਫਿਊ ਲਾਗੂ ਕਰ ਦਿੱਤਾ ਗਿਆ ਉੱਥੇ ਹੀ ਰਾਤ ਵਾਲੀਆਂ ਮੈਰਜ਼ਾਂ ਵੀ ਹੁਣ ਦਿਨੇ ਹੋਣ ਲੱਗੀਆਂ ਹਨ ਜਿਸ ਦੇ ਚਲਦੇ ਉਹਨਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੇ ਕਿਹਾ ਕਿ ਰਾਤ ਦੇ ਫੰਕਸ਼ਨ ਵੀ ਬੁੱਕ ਹਨ ਅਤੇ ਦਿਨ ਦੇ ਵੀ ਬੁੱਕ ਹਨ ਜਿਸ ਦੇ ਚਲਦਿਆਂ ਉਹਨਾਂ ਨੂੰ ਇੱਕ ਟਾਈਮ ਤੇ ਦੋ ਫੰਕਸ਼ਨ ਭੁਗਤਾਨੇ ਬੇਹੱਦ ਮੁਸ਼ਕਿਲ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਸਰਕਾਰ ਉਹਨਾਂ ਬਾਰੇ ਸੋਚੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾਵੇ ਸਰ ਜਿਹੜੀ ਲੋਕਡਾਊਨ ਦੀ ਨਵੀਆਂ ਗਾਈਡਲਾਈਨ ਆਈਆਂ ਨੇ ਉਹ ਗਾਈਡਲਾਈਨ ਦੇ ਅਕੋਰਡਿੰਗ ਸਾਨੂੰ ਕਈ ਬੜੀਆਂ ਪ੍ਰੋਬਲਮ ਆ ਰਹੀਆਂ ਅਸੀਂ ਨਾਈਟ ਦੀਆਂ ਸ਼ਾਦੀਆਂ ਬੁੱਕ ਕੀਤੀਆਂ ਜਾਂਦੇ ਜਿਹੜੀਆਂ ਸਰਕਾਰ ਨੇ ਨਾਈਟ ਨੂੰ ਖਤਮ ਕਰਕੇ ਡੇ ਦੀਆਂ ਕਰਤੀਆਂ ਉਹਦੇ 'ਚ ਹੁਣ ਸਾਡੇ ਕਈ ਜਿਹੜੇ ਮੁੰਡੇ ਫ੍ਰੀਲਾਂਸਰ ਹੈਗੇ ਨੇ ਉਹਨਾਂ ਨੇ ਡੇ ਦੀਆਂ ਸ਼ਾਦੀਆਂ ਬੁੱਕ ਕੀਤੀਆਂ ਨਾਈਟ ਦੀਆਂ ਵੀ ਦੀਆਂ ਉਹਨਾਂ ਨੇ ਉਸ ਅਕੋਰਡਿੰਗ ਬੁੱਕ ਕੀਤੀਆਂ ਜਾਂਦੇ ਇੱਕ ਤਾਂ ਇੱਕ ਸਾਡੇ ਨਾ ਕਈ ਸੁਝਾਅ ਹੈਗੇ ਸੀ ਕਈ ਪਾਰਟੀਆਂ ਸਾਡੇ ਕੋਲ ਕੰਮ ਬਣਵਾਉਂਦੀਆਂ ਨੇ ਤਾਂ ਉਹ ਕਈ ਟਾਈਮ ਕੰਮ ਨਹੀਂ ਬਣਵਾਉਂਦੀਆਂ ਮਤਲਬ ਫੋਟੋ ਖਿਚਵਾ ਲੈਂਦੀਆਂ ਬਣਵਾਉਂਦੀਆਂ ਨਹੀਂ ਉਹ ਫੋਟੋ ਸਾਡੇ ਕੋਲ ਭੇਜ ਦਿੰਦੀਆਂ ਨੇ ਸਾਨੂੰ ਉਹਦੇ ਬਾਰੇ ਕਈ ਵਾਰੀ 4-6 ਮਹੀਨੇ 2-2 ਸਾਲ ਪੈ ਜਾਂਦੇ ਨੇ ਉਹਦੇ ਅਸੀਂ ਹੁਣ ਇੱਕ ਲਾਗੂ ਕੀਤਾ ਹੈ ਵੀ 90 ਡੇਜ਼ ਤੋਂ ਜ਼ਿਆਦਾ ਕੋਈ ਵੀ ਫੋਟੋਗ੍ਰਾਫਰ ਕੋਈ ਵੀ ਕਸਟਮਰ ਫੋਟੋ ਉਹ ਕੰਮ ਨਹੀਂ ਬਣਵਾਏਗਾ ਤਾਂ ਕਿਸੇ ਵਜ੍ਹਾ ਨਾਲ ਅਰੇਜ਼ ਹੋ ਜਾਂਦਾ ਜਾਂ ਉਹ ਕਿਸੇ ਵੀ ਮਿਸਮੀ ਨਾਲ ਖਰਾਬ ਹੋ ਜਾਂਦਾ ਤਾਂ ਉਹਦੇ 'ਚ ਕੋਈ ਵੀ ਫੋਟੋਗ੍ਰਾਫਰ ਜ਼ਿੰਮੇਵਾਰ ਨਹੀਂ ਹੋਵੇਗਾ ਸਾਡੀ ਯੂਨੀਅਨ ਇੱਕ ਇਹ ਫੈਸਲਾ ਆ ਰਹੀ ਹੈ ਹੋਰ ਵੀ ਕਈ ਅਜੇ ਫੈਸਲੇ ਨੇ ਜਿਹੜੇ ਨਵੇਂ ਅਸੀਂ ਲਾਗੂ ਕਰ ਰਹੇ ਹਾਂ ਉਹ ਸ਼ਰਤਾਂ ਅਸੀਂ ਮਤਲਬ ਹੁਣ ਜਿਵੇਂ ਸ਼ਾਦੀ ਦੇ ਬਿੱਲ ਏ ਉਹ ਬਿੱਲ ਦੇ ਵੀ ਕਈ ਪ੍ਰੋਬਲਮ ਆ ਜਾਂਦੀਆਂ ਸੀ ਹੁਣ ਇੱਕ ਰਿਟਨ ਐਗਰੀਮੈਂਟ ਦੇ ਅਸੀਂ ਤਿਆਰ ਚੱਲਿਆ ਕਰਾਂਗੇ ਉਹ ਰਿਟਨ ਐਗਰੀਮੈਂਟ ਸਾਰੀ ਯੂਨੀਅਨ ਕਰੇਗੀ ਉਹ ਐਗਰੀਮੈਂਟ 'ਤੇ ਸਾਰਾ ਕੁਛ ਲਿਖਿਆ ਹੋਵੇਗਾ ਜਿਹਦੇ 'ਚ ਕਿਸੇ ਨੂੰ ਨਾ ਕਸਟਮਰ ਨੂੰ ਪ੍ਰੋਬਲਮ ਆਉਣੀ ਕੋਈ ਆਉਣੀ ਨਾ ਸਾਨੂੰ ਪ੍ਰੋਬਲਮ ਆਉਣੀ ਉਹਦੇ ਕੋਲ ਹੀ ਚੱਲਾਂਗੇ ਸਾਰਾ ਫੋਟੋਗ੍ਰਾਫਰ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ ਕਰੋਨਾ ਕਰਕੇ ਅਤੇ ਹੋਰ ਬਹੁਤ ਸਾਰੇ ਮਸਲੇ ਹੈਗੇ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਸਾਰੇ ਫੋਟੋਗ੍ਰਾਫਰ ਅਸੀਂ ਇਕੱਠੇ ਹੋਏ ਹਾਂ ਜਿਹਦੇ ਵਿੱਚ ਕਿ ਇਹ ਕੋਸ਼ਿਸ਼ ਕੀਤੀ ਗਈ ਹੈ ਜਿਸ ਤਰ੍ਹਾਂ ਕਰੋਨਾ ਕਰਕੇ ਫੋਟੋਗ੍ਰਾਫਰ ਦਾ ਕੰਮ ਸਿਰਫ 20% ਰਹਿ ਚੁੱਕਿਆ ਜੀ ਇਹਨਾਂ ਸਾਰਿਆਂ ਨੂੰ ਪ੍ਰੋਬਲਮ ਦੂਰ ਕਰਨ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਹਾਂ ਇਸ ਕਰਕੇ ਉਸ 'ਤੇ ਵਿਚਾਰ ਵਟਾਂਦਰਾ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜਿਹੜੇ ਪ੍ਰੋਬਲਮ ਆ ਰਹੀ ਹੈ ਉਹਨੂੰ ਲੈ ਕੇ ਸਰ ਪ੍ਰਸ਼ਾਸਨ ਨੇ ਜਿਸ ਤਰ੍ਹਾਂ ਹੁਣ ਨਾਈਟ ਦੀਆਂ ਮੈਰਜ਼ਾਂ ਬੰਦ ਹੋ ਚੁੱਕੀਆਂ ਨੇ ਫੋਟੋਗ੍ਰਾਫਰਾਂ ਦਾ ਅੱਧਾ ਕੰਮ ਜਿਹੜਾ ਖਤਮ ਹੋ ਚੁੱਕਿਆ ਜੀ ਮੋਸਟਲੀ ਜਿਹੜੇ ਸ਼ਹਿਰ ਦੇ ਲੋਕ ਨੇ ਉਹ ਰਾਤ ਦਾ ਵਿਆਹ ਕਰਕੇ ਰਾਜ਼ੀ ਹੁੰਦੇ ਨੇ ਜੀ ਹੁਣ ਰਾਤ ਦਾ ਵਿਆਹ ਹੀ ਹੈ ਨਹੀਂਗਾ ਜਿਸ ਤਰ੍ਹਾਂ ਹੁਣ ਗੈਦਰਿੰਗ ਹੈ ਤੁਸੀਂ 50 ਤੋਂ ਵੱਧ ਨਹੀਂ ਕਰ ਸਕਦੇ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਕਹਾਂਗੇ ਥੋੜ੍ਹੀ ਖੁੱਲ੍ਹ ਦਿੱਤੀ ਜਾਵੇ ਤਾਂ ਕਿ ਸਾਡਾ ਜਿਹੜਾ ਕਾਰੋਬਾਰ ਦੁਬਾਰਾ ਚੱਲ ਸਕੇ ਪਰ ਇਹ ਹੁਣ ਪ੍ਰਸ਼ਾਸਨ ਦੇ ਨਾਲ ਵੀ ਚੱਲਣਾ ਸਾਡੀ ਮਜਬੂਰੀ ਹੈ ਤੁਸੀਂ ਦੇਖ ਰਹੇ ਹੋ ਕਿ ਅੱਜ ਦੇ ਟਾਈਮ 'ਤੇ ਜੋ ਕਰੋਨਾ ਕੇਸਿਸ ਦੁਬਾਰਾ ਫਿਰ ਵੱਧ ਰਹੇ ਨੇ ਜੀ ਅਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਸਰ ਗੱਲਾਂ 'ਚ ਕੋਸ਼ਿਸ਼ ਤਾਂ ਸਾਡੀ ਇਹੀ ਰਹੇਗੀ ਅਸੀਂ ਕਰੋਨਾ ਦੀਆਂ ਸਾਰੀਆਂ ਸ਼ਰਤਾਂ ਨੇ ਜੋ ਲਾਗੂ ਕੀਤੀਆਂ ਨੇ ਸਰਕਾਰ ਵੱਲੋਂ ਉਹਨੂੰ ਲੈ ਕੇ ਚੱਲੀਏ ਨਾਲ ਉਹਨਾਂ ਦਾ ਪਾਲਣ ਕਰੀਏ ਬਾਕੀ ਜਿਵੇਂ ਵੀ ਸਰਕਾਰ ਦਾ ਹੁਕਮ ਹੈਗਾ ਅਸੀਂ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੇ